ਕਿੱਥੋਂ ਸੰਗਤਾਂ ਆ ਰਹੀਆਂ ਨੇ ਤੇ ਕੀ ਸੁਨੇਹਾ ਦੇਣਾ ਹੈ? ਸੁਨੇਹੇ ਸੁਨੇਹੇ ਨਹੀਂ ਜੀ ਦੇਣਾ ਹੈਗਾ, ਧੌਣ ਤੇ ਗੋਡਾ ਰੱਖ ਕੇ ਤਾਂ ਹੱਕ ਲੈਣ ਆਏ ਆ। ਮਤਲਬ ਸਾਡੇ ਪਹਿਲਾਂ ਤਾਂ ਨੇ ਕੀ ਕਰ, ਮਾਸਕ ਲਾਓ, ਸਾਡੇ ਮੂੰਹ ਬੰਦ ਕਰੇ ਕਿ ਇਹ ਬੋਲਣ, ਠੀਕ ਹੈ ਨਾ? ਉਸ ਤੋਂ ਬਾਅਦ ਕੀ ਗੱਲ, ਹੁਣ ਨਹੀਂ ਮੰਨਦਾ ਨਾ ਸੇ ਆ ਬੈਠੇ ਸੂਰਮੇ, ਤੁਹਾਡੇ ਸਾਹਮਣੇ ਬੈਠੇ ਆ, ਆ ਰਹੀਆਂ ਹੋਰ ਸੰਗਤਾਂ ਆ ਰਹੀਆਂ, ਸਭ ਨੇ ਪਹੁੰਚਣਾ ਜੀ ਹੌਲੀ ਹੌਲੀ, ਠੀਕ ਹੈ ਨਾ? ਪੰਜਾਬ ਦੇ ਵੀ ਤਾਂ ਆਨੀਆਂ ਬਾਨੀਆਂ ਨੂੰ ਅਸੀਂ ਪੈਰ ਪਾਉਣ ਨਹੀਂ ਦਿੰਦੇ, ਮਰ ਜਾਂਗੇ ਕੱਟ ਜਾਂਗੇ ਪਰ ਪੈਰ ਨਹੀਂ ਪਾਉਣ ਦਿੰਦੇ ਉੱਥੇ। ਥੋੜ੍ਹੀ ਦੇਰ ਹੋਰ ਦੇਖ ਲਾਂਗੇ, ਫਿਰ ਭਾਈ ਫਸਲਾਂ ਤਾਂ ਅਸੀਂ ਉਗਾਉਣੀ, ਉਹ ਤਾਂ ਕਿਸਾਨਾਂ ਨੇ ਉਗਾਉਣੀਆਂ ਆ, ਸੜਕਾਂ ਪਾ ਲਾਂਗੇ। ਸਾਡੇ ਪੂਰਵਜਾਂ ਦੇ ਜਿੱਤੀ ਹੋਈ ਆ ਇਹ ਦਿੱਲੀ, ਪਹਿਲਾਂ ਸਾਡੀ ਇਹ ਦਿੱਲੀ, ਠੀਕ ਹੈ ਨਾ? ਇਹ ਗੱਲ ਵੱਖਰੀ ਆ ਕਿ ਸਾਡੇ ਪੂਰਵਜ ਕਹਿੰਦੇ ਸੀ ਜਿਹੋ ਜਿਹੀ ਬਿੱਲੀ ਮਾਰ ਲਈ ਉਹ ਜੀ ਦਿੱਲੀ ਮਾਰ ਲਈ। ਕਿਉਂਕਿ ਕਿਤੇ ਨਾ ਕਿਤੇ ਗਲਤੀਆਂ ਸਾਡੀਆਂ ਆਪਣੀਆਂ ਨੇ, ਬੇਸ਼ੱਕ ਗੱਲ ਅਕਾਲੀ ਭਾਜਪਾ ਦੀ ਹੋਵੇ ਜਾਂ ਕਾਂਗਰਸ ਦੀ ਹੋਵੇ ਜਾਂ ਜਿਹੜੇ ਨਵੇਂ ਝਾੜੂ ਵਾਲੇ ਹੋਣ, ਸਾਨੂੰ ਇਹ ਮੈਨੀਫੈਸਟੋ ਵਧੀਆ ਵਧੀਆ ਜਿਹਾ ਦਿਖਾ ਦਿੰਦੇ ਨੇ, ਸਾਨੂੰ ਹਰ ਵਾਰ ਇੱਕ ਨਵਾਂ ਲੋਲੀਪੋਪ ਦੇ ਦਿੰਦੇ ਨੇ, ਦੇਖ ਲੈਂਦੇ ਨੇ ਰੱਗ ਕੀ ਆ ਕਿਸਾਨਾਂ ਦੀ, ਆਮ ਲੋਕਾਂ ਦੀ, ਨੌਜਵਾਨਾਂ ਦੀ, ਮੋਬਾਈਲ ਦੇ ਦਿੱਤੇ ਜਾਣਗੇ, ਨੌਕਰੀ ਘਰ ਘਰ ਹੋਏਗੀ, ਪਰ ਕੀ ਘਰ ਘਰ ਪਹੁੰਚਿਆ? ਘਰ ਘਰ ਤਾਂ ਵੀਰੇ ਕੀ ਪਹੁੰਚਣਾ ਸੀਗਾ, ਜਿਹੜਾ 15-15 ਲੱਖ ਰੁਪਏ ਪਾਉਣਾ ਸੀਗਾ ਉਹ ਤਾਂ ਵੀਰੇ ਹੁਣ ਤੱਕ ਮੁੱਕੇ ਨਹੀਂ ਸਾਡੇ ਕੋਲ। ਇੰਨਾ ਜ਼ਿਆਦਾ ਪਾਤਾ, ਜ਼ਿਆਦਾ ਪੈਸਾ ਪਾਤਾ, ਸਭ ਤਾਂ ਅਟੈਕ ਆਉਣ ਲੱਗ ਗਏ, ਇੰਨਾ ਪੈਸਾ ਪਾਤਾ। ਦੂਜੇ ਨੰਬਰ ਤੇ 2-2 ਰੁਪਏ ਕਿਲੋ ਕਣਕ ਲਾਈ ਹੋਈ ਆ, ਕਿਉਂ ਸਾਡੇ ਦੇਸ਼ ਦੇ ਜਿਹੜੇ ਨੌਜਵਾਨ ਉਹ ਨਸ਼ੇੜੀ ਕਿਉਂ ਬਣਾਇਆ ਜਾ ਰਿਹਾ 2 ਰੁਪਏ ਕਿਲੋ ਕਣਕ ਦੇ ਕੇ? ਨੌਕਰੀਆਂ ਦੇਣੀਆਂ, ਨੌਕਰੀਆਂ ਦੇਵੋ ਤਾਂ ਅਗਲਾ ਐਨ ਧੌਂਸ ਨਾਲ ਜਾਵੇ ਥੈਲਾ ਲੈ ਕੇ ਬਈ ਦੁਕਾਨ ਤੇ ਲੈ ਕੇ ਆਵੇ ਰਾਸ਼ਨ, ਪੈਸੇ ਨਾਲ ਕੱਢ ਕੇ 2000 ਦਾ ਨੋਟ ਫੜਾਵੇ ਅਗਲੇ ਨੂੰ, ਠੀਕ ਹੈ ਨਾ? ਉਹ ਹੁੰਦਾ ਮਾਂ ਨੇ ਤਾਂ ਭਖਾਰੀ ਬਣਾ ਰੱਖਿਆ ਸੀ, ਭਖਾਰੀ ਨਹੀਂ ਹੈਗੇ। ਮੈਂ ਇੱਕ ਗੱਲ ਕਹਿਣਾ ਚਾਹੁੰਦੀ, ਜਿਵੇਂ ਸਾਨੂੰ ਕਹਿੰਦੇ ਵੀ ਸਾਡੇ ਕੋਲ ਫੰਡਿੰਗ ਕਿੱਥੋਂ ਆ ਰਹੀ ਆ, ਠੀਕ ਹੈ ਨਾ? ਸਾਡੇ ਕੋਲ ਤਾਂ ਕੋਈ 1500 ਰੁਪਇਆ ਜਾਂ 2000 ਰੁਪਏ ਤੱਕ ਦਾ ਕੋਈ ਹੋਊਗਾ ਜਦੋਂ 500 ਦੇ ਨੋਟ ਬੰਦ ਕਰੇ ਆ। ਸਾਡੇ ਕੋਲ ਬਲੈਕ ਮਨੀ ਸੀਗੀ ਇਹਨਾਂ ਲੋਕਾਂ ਕੋਲ, ਇਹਨਾਂ ਨੇ ਕਿੱਥੋਂ ਚੇਂਜ ਕਰਾਈ? ਅਸੀਂ 1000 ਰੁਪਏ ਚੇਂਜ ਕਰਾਉਣ ਵਾਸਤੇ ਵੀ ਲਾਈਨਾਂ 'ਚ ਲੱਗੇ ਸਾਡੇ ਬਜ਼ੁਰਗ ਲਾਈਨਾਂ ਦੇ ਵਿੱਚ ਲੱਗ ਕੇ ਚਾਰ ਦਿਨ ਪਤਾ ਨਹੀਂ ਕਿੰਨੇ ਦਿਨ ਖੜੇ ਰਹੇ। ਰਹੀ ਗੱਲ 62,92,000 ਕਰੋੜ ਦਾ ਇਹਨਾਂ ਨੇ ਕਰਜ਼ਾ ਲਿਆ ਅਡਾਨੀਆਂ ਬਾਨੀਆਂ, ਤਾਂ ਉਹ ਕਿੱਥੇ ਗਿਆ? ਸਾਨੂੰ ਕਿਹਨੇ ਹਿਸਾਬ ਦੇਣਾ? ਸਰਕਾਰ ਚੁਣੀ ਹੋਈ ਸਾਡੀ, ਅਸੀਂ ਚੁਣੀ ਆ ਸਰਕਾਰ, ਉਹ 62,92,000 ਕਰੋੜ ਰੁਪਏ ਕਿੱਥੇ ਗਿਆ ਜਿਹੜਾ ਨਾ ਕਰਜ਼ਾ ਲਿਖਦੇ ਆ ਸਾਨੂੰ ਦੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਮੋਦੀ ਮਰ ਗਿਆ, ਮੋਦੀ ਮਰ ਗਿਆ, ਅਡਾਨੀ ਮਰ ਗਿਆ, ਮੋਦੀ ਮਰ ਗਿਆ, ਅਡਾਨੀ ਮਰ ਗਿਆ, ਬੋਲੇ ਸੋਨਿਹਾ। ਕਾਲੇ ਕਾਨੂੰਨਾਂ ਤੋਂ ਤੰਗ ਆ ਕੇ ਹਰ ਕੋਈ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਰਿਹਾ ਹੈ ਆਪਣੇ ਹੱਕ ਸੱਚ ਵਾਸਤੇ, ਤਾਂ ਜੋ ਕਿਸਾਨਾਂ ਦਾ ਇਹ ਸੰਘਰਸ਼ ਸਿਖਰਾਂ ਤੇ ਪਹੁੰਚਿਆ ਹੋਇਆ ਤੇ ਅਸੀਂ ਇਹਨੂੰ ਕਾਮਯਾਬ ਕਰਕੇ ਵਾਪਸ ਪਰਤ ਸਕੀਏ। ਕਿੱਥੋਂ ਸੰਗਤਾਂ ਆ ਰਹੀਆਂ ਨੇ ਤੇ ਕੀ ਸੁਨੇਹਾ ਦੇਣਾ ਹੈ? ਸੁਨੇਹਾ ਤਾਂ ਜੀ ਅਸੀਂ ਕੀ ਦੇਣਾ, ਸੁਨੇਹਾ ਤਾਂ ਦੇ ਕੇ ਅਸੀਂ ਥੱਕ ਗਏ ਜੀ, ਠੀਕ ਹੈ ਨਾ ਜੀ? ਸਾਡਾ ਪਿੰਡ ਹੈਗਾ ਸੈਂਪਲੀ ਸਾਹਿਬ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ ਆਏ ਹਾਂ ਜੀ। ਸੁਨੇਹੇ ਸੁਨੂਹੇ ਨਹੀਂ ਜੀ ਦੇਣਾ ਹੈਗਾ, ਧੌਣ ਤੇ ਗੋਡਾ ਰੱਖ ਕੇ ਤਾਂ ਹੱਕ ਲੈਣ ਆਏ ਹਾਂ, ਸੁਨੇਹੇ ਸੁਨੂਹੇ ਤਾਂ ਬਹੁਤ ਹੋਲੇ। ਤੇ ਫਿਰ ਸਿੱਧੇ ਕਲੀਅਰ ਜੇ ਸ਼ਬਦਾਂ ਦੇ ਵਿੱਚ ਦੱਸ ਦਿਓ, ਚਾਹੇ ਮੋਦੀ ਹੋਵੇ ਤੇ ਚਾਹੇ ਗੋਦੀ ਮੀਡੀਆ ਹੋਵੇ ਤੇ ਚਾਹੇ ਅਮਿਤ ਸ਼ਾਹ ਹੋਵੇ, ਅੰਬਾਨੀ ਅਡਾਨੀ ਹੋਣ, ਕੀ ਕਹਿਣਾ ਚਾਹੁੰਦੇ ਹੋ, ਕਿਹੜੇ ਤਰੀਕੇ ਨਾਲ ਸਮਝਾਉਣਾ? ਕਿਉਂਕਿ ਉਹਨਾਂ ਦੇ ਪੱਲੇ ਤਾਂ ਅਸੀਂ ਹਰ ਤਰੀਕੇ ਨਾਲ ਪਾ ਕੇ ਦੇਖ ਲਿਆ, ਮੰਚਾ ਤੋਂ ਸਮਝਾ ਕੇ ਦੇਖ। ਬਾਈ ਦੇਖੋ ਜੀ, ਸਾਡੇ ਤਾਂ ਕੋਲ ਤਾਂ ਸਿੱਧੀ ਜੀ ਗੱਲ ਆ, ਅਸੀਂ ਤਾਂ ਹੈਗੇ ਦੇਖੋ ਪਹਿਲਾਂ ਹੀ ਸਾਨੂੰ ਇਹ ਸਮਝ ਆਇਆ ਸੀ ਕਿ ਜਿਹੜੇ ਕਿਸਾਨ ਹੈਗੇ ਅਨਪੜ੍ਹ, ਇਹਨਾਂ ਨੂੰ ਕਸਦਾ ਨਹੀਂ ਪਤਾ। ਇਹ ਇੱਕ ਕਰੋਨਾ ਦੀ ਆੜ ਦੇ ਵਿੱਚ ਇਹਨਾਂ ਨੇ ਜਿਹੜਾ ਇਹ ਕਾਲੇ ਕਾਨੂੰਨ, ਮਤਲਬ ਸਾਡੇ ਪਹਿਲਾਂ ਤਾਂ ਇਹਨੇ ਕੀ ਕਿਹਾ, ਮਾਸਕ ਲਾਓ, ਸਾਡੇ ਮੂੰਹ ਬੰਦ ਕਰੇ ਕਿ ਇਹ ਬੋਲਣ, ਠੀਕ ਹੈ ਨਾ? ਉਸ ਤੋਂ ਬਾਅਦ ਕੀ ਗੱਲ, ਹੁਣ ਨਹੀਂ ਮੰਨਦਾ ਨਾ ਸੇ ਆ ਬੈਠੇ ਸੂਰਮੇ, ਤੁਹਾਡੇ ਸਾਹਮਣੇ ਬੈਠੇ ਆ, ਆ ਰਹੀਆਂ ਹੋਰ ਸੰਗਤਾਂ ਆ ਰਹੀਆਂ, ਸਭ ਨੇ ਪਹੁੰਚਣਾ ਜੀ ਹੌਲੀ ਹੌਲੀ, ਠੀਕ ਹੈ ਨਾ? ਪੰਜਾਬ ਦੇ ਵੀ ਤਾਂ ਅਡਾਨੀਆਂ ਬਾਨੀਆਂ ਨੂੰ ਤਾਂ ਅਸੀਂ ਪੈਰ ਪਾਉਣ ਨਹੀਂ ਦਿੰਦੇ, ਮਰ ਜਾਂਗੇ ਕੱਟ ਜਾਂਗੇ ਪਰ ਪੈਰ ਨਹੀਂ ਪਾਉਣ ਦਿੰਦੇ ਉੱਥੇ, ਠੀਕ ਹੈ? ਰਹੀ ਗੱਲ ਇੱਥੇ ਦੀ ਵੀ ਤੁਸੀਂ ਜੇ ਇੱਥੇ ਬਾਰੇ ਪੁੱਛਿਆ, ਤੁਸੀਂ ਕੀ ਕਹਿਣਾ ਚਾਹੁੰਦੇ ਜਾਂ ਕੀ ਕਰਨਾ ਚਾਹੁੰਦੇ ਆ? ਕਰਨਾ ਕੁਰਨਾ ਵੀਰੇ ਅਸੀਂ ਕੁਛ ਨਹੀਂ, ਅਸੀਂ ਬੈਠੇ ਹਾਂ, ਥੋੜ੍ਹੀ ਦੇਰ ਹੋਰ ਦੇਖ ਲਾਂਗੇ, ਫਿਰ ਭਾਈ ਫਸਲਾਂ ਤਾਂ ਅਸੀਂ ਉਗਾਉਣੀ, ਉਹ ਤਾਂ ਕਿਸਾਨਾਂ ਨੇ ਉਗਾਉਣੀਆਂ ਆ, ਸੜਕਾਂ ਪਾ ਲਾਂਗੇ। ਸਾਡੇ ਪੂਰਵਜਾਂ ਦੇ ਜਿੱਤੀ ਹੋਈ ਆ ਇਹ ਜੀ ਦਿੱਲੀ, ਪਹਿਲਾਂ ਸਾਡੀ ਇਹ ਦਿੱਲੀ, ਠੀਕ ਹੈ ਨਾ? ਇਹ ਗੱਲ ਵੱਖਰੀ ਆ ਕਿ ਸਾਡੇ ਪੂਰਵਜ ਕਹਿੰਦੇ ਸੀ ਜਿਹੋ ਜਿਹੀ ਬਿੱਲੀ ਮਾਰ ਲਈ ਉਹ ਜੀ ਦਿੱਲੀ ਮਾਰ ਲਈ, ਠੀਕ ਹੈ ਨਾ? ਪਰ ਇਹ ਪੂਰਵਜਾਂ ਦੀ ਜ਼ਮੀਨ ਆ ਜਿਹੜੀ ਕਿਹਦੇ ਨਾਂ ਤੇ ਬੋਲੂਗੀ, ਜਿਹੜੇ ਜਿੱਤੀ ਆ ਉਹਨਾਂ ਦੇ ਨਾਮ ਤੇ ਹੀ ਬੋਲਣੀ ਹੈ, ਜਿਹੜੇ ਉਹਨਾਂ ਦੇ ਵਾਰਸ ਆ ਬਾਅਦ ਦੇ ਵਿੱਚ ਉਹੀ ਵਰਤਣਗੇ। ਫਿਰ ਮੋਸਟਲੀ ਅਸੀਂ ਉਹਨਾਂ ਦੇ ਵਾਰਸ ਆ, ਇਹ ਸਾਡੇ ਪੂਰਵਜਾਂ ਦੀ ਜਿੱਤੀ ਹੋਈ ਦਿੱਲੀ ਆ, ਇਹ ਕਿਸਦੇ, ਮੋਦੀ ਦੇ ਕੀ ਪਿਓ ਦੀ ਨਹੀਂ ਹੈਗੀ। ਵਿਰਾਸਤ ਦੇ ਇੰਤਕਾਲ ਦਾ ਜੀ ਕਿਸਾਨਾਂ ਦੇ ਨਾਂ ਤੇ ਚੜਿਆ ਹੋਇਆ ਪੁਰਾਣਾ, ਜਦੋਂ ਵਿਰਾਸਤ ਦੇ ਇੰਤਕਾਲ ਕਿਸੇ ਦੇ ਨਾਂ ਤੇ ਚੜ ਜਾਵੇ ਔਰ ਹੱਕ ਉਹਨੂੰ ਮਿਲਣਾ ਹੀ ਮਿਲਣਾ,
जिथे तक मोदी मर्जी भज लवे अज इत्थे बैठे हाँ, जदों भी मसला हल हुंदा नहीं हुंदा उन्ना चिर इत्थे बैठे हाँ, जदों वापस भी चले गए आने वाले समय के ना मोदी ना भाजपा ना अंबानी ते अडानी असी किसी नूं भी बड़ी सोच समझ के असी सरकार चुनांगे। इत्थों असी यही प्रण करके जावांगे जिन्ने भी किसान इत्थे आए हुए जिन्ना चिर बैठे हैं, जदों वापस जावांगे सोच समझ के जिहड़ी असी अगली सरकार असी वह चुनांगे। क्योंकि कितना कितने गलतियां साड़ियां अपनियां ने, बेशक गल अकाली भाजपा की हो या कांग्रेस की हो या जिहड़े नवे झाड़ू वाले हो, सानू यह मैनीफेस्टो वधिया वधिया जिहा दिखा दिंदे ने, सानू हर बार एक नवा लॉलीपॉप दे दिंदे ने, देख लैंदे ने रग की है किसानां दी, आम लोगों की, नौजवानों की, मोबाइल दे दिते जाणगे, नौकरी घर घर होएगी, पर की घर घर पहुंचिया भैणा दसदी है तुहानू, दसो घर घर तां वीरे की पहुंचना सीगा जिहड़ा 15-15 लख रुपया पाउणा सीगा, ओह तां वीरे हुण तक मुक्के नहीं साडे कोल, इन्ना ज्यादा पाता, ज्यादा पैसा पाता, सानू तां अटैक आउण लग गए, इन्ना पैसा पाता। दूजे नंबर ते 2-2 रुपए किलो रुपया किलो कणक लाई हुई आ, क्यों साडे देश दे जिहड़े नौजवानों नशेड़ी क्यों बनाए जा रहे हैं 2 रुपए किलो कणक दे के, नौकरियां देणियां नौकरियां दवो, धौंस अगला एन धौंस नाल जावे थैला लैके भाई दुकान ते लैके आवे राशन पैसे नाल कढ के 2000 दा नोट फड़ावे अगले नूं, ठीक है ना, उह हुंदा माण ने तां भिखारी बना रखे सी, भिखारी नहीं हैगे, साडे हत्थ हमेशा देण लई इदां हुंदे, इदां असीं कदे नहीं करिया। इन्हों पता सी ना भैन कि एवं हाथ कदे नहीं किया, ता ही ता आटा दाल स्कीम लैके आए ने, क्योंकि कमर ताड़ी तोड़नी सी, क्योंकि तुहानू लाचार बनाना सी। एक मिनट मैं ताड़ी गल विच कट दी हां, मैनू ये दस दो फिर मोदी अपनी छत ते उगा के दिंदा या वह भी उहदा प्यो किसान उगा रहे हैं मोदी दे? बिल्कुल बिल्कुल बिल्कुल, पर कहिंदे ने कि जदों अणखां नू सट्टां मारनियां होण ना तां उदों किते ना किते साड़ी कमर तोड़न वास्ते कमज़ोर कड़ी नू सामने लिता जांदा, ते कमज़ोर कड़ी पूरे देश दे विच सब तो वध गरीब ने, ते गरीबां नू अपने पक्ष च करके इहनू लगदा कि सस्ती कणक ते आटा दाल स्कीम दे के ते मैं उहनां नू अपने वल करनांगा, पर आ जिहड़ी गलती कीती आ इस हलूणे ने, इस गलती ने हर धर्म हर वर्ग एवें जोड़ता, ये सिर्फ वह नहीं है, समझो कि ये पंजाब आगे खड़लौता है, पंजाब हरियाणा हिमाचल पंजाबी बोलता पूरा इलाका, कश्मीर तो कन्याकुमारी तक सारा भारत अज एकजुट एक मुठ हो चुका है, सिर ना सिर जोड़ के धर्मां तो उत्ते उठ के इस गंदी हुकूमत नाल टाकरा लैण नूं तैयार ने। माई भागो दीआं वारसां कहिंदीआं ने कि असीं तली ते जिंद धर के आए हाँ, कलगी धर दे लाल कहिंदे ने सानूं कोई फर्क नहीं पैंदा, गोली खा के हिक ते वापस जावांगे पर रद्द करा के जावांगे, ते असीं कहिंदे आ उह गोदी मीडिया जिहड़ा अत्तवादी वक्खवादी कह के प्रचारदा है ना, गोडे तुहाडे लवाते आ, गिच्ची फड़ के लकीरां नक्क तों कढवा के सरकार दीआं जावांगे, बिल रद्द करा के जावांगे, जिन्हां ने कहना आ गोदी मीडिया, जिन्हां ने कहना आ गलत प्रचार करदे हो, जिन्हां ने कहना अत्तवाद वक्खवाद की गल करदे हो, जो कहना कहो, इनक्वायरीज जिहड़ियां करनियां करो, क्योंकि कॉल्स जिन्नियां आंदियां ने, फंडिंग कितों आती है, मैनू बड़िया कॉल्स आदि ने कि तुम मोर्चे से जाने हो, रसद लैके जाने हो, फंडिंग कितों आती है, भैन भाई गुरु नानक के घरों आती है वीरे, फंडिंग आती है जी गुरु नानक देव जी ने, अज नहीं 550 साल तो पहला तो गुरु नानक देव साहब की चलाई हुई मर्यादा के अनुसार ही सारा कुछ चलता, गुरु नानक साहब ने मतलब यही जी बख्शिश करी है, ये पंजाब चो फंड नहीं मुकने, एक इतने नहीं पंजाब नहीं, साढ़े तो अमरीका तक दुनिया बैठी आ साड़ी सपोर्ट करने, हर एक पक्ष के नाल साडे नाल खड़े ने, किसी चीज़ की टेंशन की लोड़ नहीं, सानू खाण पीण की नहीं, सौण की नहीं है, सारे NI भरा जिमीदार A to Z साडे नाल खड़ा है, मोदी नू थले लवा के ही दिल्ली तो वापस जावांगे। एक जिहड़े इन्हां दे जिहड़े चमचे है ने ना, उन्हें यह चैन नहीं मिलती कि आखिर यह फंडिंग कित्थों आ रही है, यह लगातार सवाल पूछे जा रहे हैं, तो मैं पहला भी लाइव के चीज़ दसी आ कि मैं कल्ला मेरे टब्बर का जी है जिहड़ा पंजाब रहिंदा आ, मेरा सारा टब्बर अमेरिका सैटल्ड है, तो वह भी हायर अथॉरिटीज़ के उत्ते आ सारा का सारा, तो उन्होंने कहने की लोड़ नहीं हैगी, आ जो कला वरत रही है ना साडे वीरां नूं कहने की लोड़ नहीं है, आप मुहारे साडे कोल हर चीज़ आ रही है, अवेलेबल हो रही है, ते आ हाँ जी मैं एक गल कहना चाहुंदी जिवें सानूं पता वी साडे कोल फंडिंग कित्थों आ रही है, ठीक है ना, साडे कोल तां कोई 1500 रुपया जां 2000 रुपये तक दा कोई होऊगा, जदों 500 दे नोट बंद करे आ, साडे कोल ब्लैक मनी सीगी इहनां लोकां कोल, इहनां ने कित्थों चेंज कराई, असीं 1000 रुपया चेंज कराउण वास्ते वी लाइनां 'च लगे साडे बजुर्ग लाइनां दे विच लग के चार दिन पता नहीं किन्ने दिन खड़े रहे। रही गल 62,92,000 करोड़ का इन्होंने कर्जा लिया, अडानिया बानिया तो वह कितने गया, सानू किने हिसाब देना, सरकार चुनी हुई साडी
ਅਸੀਂ ਚੁਣੀਆਂ ਸਰਕਾਰ ਉਹ 62,95,00 ਕਰੋੜ ਰੁਪਏ ਕਿੱਥੇ ਗਿਆ ਜਿਹੜਾ ਨਾ ਕਰਜ਼ਾ ਲਿਖਦੇ ਆ ਸਾਨੂੰ ਦੇ ਆ ਨਹੀਂ ਜੀ ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ 3000 ਕਰੋੜ ਲਗਾ ਕੇ ਮੂਰਤੀ ਬਣਾ ਸਕਦੇ ਨੇ ਗਰੀਬਾਂ ਦੇ ਖਾਤਿਆਂ ਦੇ ਵਿੱਚ ਇੱਕ ਪੈਸਾ ਨਹੀਂ ਮਾਰ ਸਕਦੇ ਸਾਨੂੰ ਤਾਂ ਪੁੱਛ ਰਹੇ ਨੇ ਵੀ ਫੰਡ ਕਿੱਥੋਂ ਆਉਂਦਾ ਸਾਡੇ ਕੋਲ ਵੀ ਇੰਨਾ ਅਸੀਂ ਖਰਚਾ ਕਰ ਰਹੇ ਆ ਇਹਨਾਂ ਨੇ ਕਿੱਥੇ ਲਾਤੇ इन्हां ने अपनियां जेबां भरियां ने अपने महलवाड़ियां बनाईयां ने पर कहिंदे ने कि जालम हुकूमत ते तानाशाही रवैया लंबे समय तक नहीं चलता जिन्हें मर्जी अजिहा रवैया अपना के कहिंदे ने कि आवाम राजा ते प्रजा इन्हां दोनों का तालमेल बहुत जरूरी है जे राजा किसी भी तरह नाल अपनी प्रजा नूं तंग करदा तानाशाही रवैया इख्तियार करदा है तां उहदा राजभाग ज़्यादा देर तक बरकरार नहीं रहिंदा जी जिहड़ा कहिंदे ना वी असीं ने तां अपने आप दे विच लोकतंत्र सरकार बनाई सी पर असीं गलत सी उत्थे ठीक है ना पर लोकतंत्र सरकार है बन चुकी आ ये जिहड़े सड़कां ते बैठन ये आ लोकतंत्र उह सी तानाशाही बिल्कुल जी बिल्कुल ठीक है ना उह तानाशाही पर साडे नाल गल क्यों नहीं करदी आ के जिहड़े लोकतंत्र बैठो जदों सानू सरकार लोकतंत्र सरकार बनाउण दा अधिकार हैगा ना पब्लिक नूं तां उहनूं कुर्सी तों लाउण दा अधिकार भी हैगा आ बिल्कुल जी जिंद ताही उहनां दी सुक्की आ हलक ताही उहनां दा सुक्किआ आ उहनां नूं पता है कि साडी छाती ते पैर धर के पंजाब खड़ गया आ धौण ते पैर धर के हरियाणा खड़ गया आ हुण साडे कोल कोई चारा नहीं बचिआ पर अगर उह बिल रद्द कर दिंदे ने तां उहनां नूं इह वी पता आ कि भाजपा जड़ तों मुक गई समझो भाजपा नेस तों नाबूत हो गई पर ਇਹ ਹੋਣਾ ਹੀ ਹੈ ਅੱਜ ਹੋਵੇ ਜਾਂ ਕੱਲ੍ਹ ਹੋਵੇ ਆਹ ਦਿੱਲੀ ਦੇ ਬਰੂਹਾਂ 'ਤੇ ਜਿਹੜੇ ਆ 10-10, 15-15, 20-20 ਕਿਲੋਮੀਟਰ ਤੱਕ ਦੇ ਜਾਮ ਲੱਗੇ ਆ ਨਾ ਐਵੇਂ ਨਹੀਂ ਲੱਗੇ ਆਹ ਟਰਾਲੀਆਂ ਜਿਹੜੀਆਂ ਖੜੀਆਂ ਨੇ ਇਹ ਟਰਾਲੀਆਂ ਐਵੇਂ ਨਹੀਂ ਖੜੀਆਂ ਉਰੇ ਪੱਕੇ ਮਕਾਨ ਪੈਂਦਿਆਂ ਵੀ ਦੇਰ ਨਹੀਂ ਲੱਗਣੀ ਆ ਭੈਣ ਨੇ ਜਿੱਦਾਂ ਕਿਹਾ ਵੀ ਅਸੀਂ ਤਾਂ ਖੇਤੀ ਕਰਨੀ ਆ ਛਾਤੀ ਧਰਤੀ ਦੀ ਪਾੜ ਕੇ ਅਨਾਜ ਉਗਾਉਣਾ ਆ ਅਤੇ ਤੁਹਾਨੂੰ ਦਿਖਾਇਆ ਸੀਗਾ ਨਹੀਂ ਭੈਣ ਉੱਧਰ ਦੂਜੇ ਤਿੱਕਰੀ ਬਾਰਡਰ ਦੇ ਉੱਤੇ ਕਿਸਾਨਾਂ ਨੇ ਬੀਜਤਾ ਆ ਉੱਗ ਵੀ ਗਿਆ ਆ ਠੀਕ ਹੈ ਜੀ ਅਤੇ ਆਹ ਵੀ ਵਾਹ ਕੇ ਤਿਆਰ ਕਰਕੇ ਖੇਤੀ ਜੋਗੀ ਕਰ ਜਾਂਗੇ ਕਿਉਂਕਿ ਜੇ ਟਿੱਬੇ ਸਾਡੇ ਬਜ਼ੁਰਗ ਵਾਹ ਕੇ ਸਿੱਧੇ ਕਰ ਸਕਦੇ ਨੇ ਨਾ ਉਦੋਂ ਤਾਂ ਖੈਰ ਟਰੈਕਟਰ ਟਰਾਲੀਆਂ ਵੀ ਨਹੀਂ ਸੀ ਠੀਕ ਹੈ ਨਾ ਅਗਰ ਟਿੱਬੇ ਕਰ ਸਕਦੇ ਨੇ ਤਾਂ ਇਹਦਾ ਕੁਛ ਵੀ ਨਹੀਂ ਹੈਗਾ ਇਹ ਚੀਜ਼ ਯਾਦ ਰੱਖਿਓ ਇਸ ਕਰਕੇ ਸਾਡੀ ਸ਼ਰਾਫਤ ਨੂੰ ਸਾਡੀ ਚੁੱਪੀ ਨੂੰ ਸਾਡੀ ਕਮਜ਼ੋਰੀ ਨਾ ਸਮਝੋ ਇਹ ਕਲਗੀ ਧਰ ਦੇ ਉਹ ਕੌਮ ਹੈ ਜਿਹੜੀ ਹੱਕ ਸੱਚ ਵਾਸਤੇ ਲੜਦੀ ਆਈ ਹੈ ਦੂਜਿਆਂ ਵਾਸਤੇ ਮਰਦੀ ਆਈ ਹੈ ਪਰ ਅੱਜ ਜਦੋਂ ਗੱਲ ਆਪਣੀ ਹੋਣ 'ਤੇ ਆਉਣ ਪਈ ਹੈ ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਤੁਹਾਡਾ ਹਾਲ ਕੀ ਕਰੂਗੀ ਇਹ ਕੌਮ ਇਸ ਕਰਕੇ ਵਾਹਿਗੁਰੂ ਲਲਕਾਰੋ ਨਾ ਬਾਰ ਬਾਰ ਲਲਕਾਰੇ ਮਾਰੋ ਨਾ ਬਾਰ ਬਾਰ ਕਿਉਂਕਿ ਸਾਡਾ ਇੱਕ ਲਲਕਾਰਾ ਤੁਹਾਡੇ ਕੰਨਾਂ ਦੇ ਪਰਦੇ ਪਾੜ ਕੇ ਰੱਖ ਦੂਗਾ ਇੰਨੀਆਂ ਕੀ ਬੇਨਤੀਆਂ ਪ੍ਰਵਾਨ ਕਰਨਾ ਪ੍ਰੋਗਰਾਮ ਚੰਗਾ ਲੱਗਿਆ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਵਿਅਕਤ ਕਰ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ